ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ तहे ਦਿਲੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਿਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮੰਨ ਕੇ ਭਾਗ ਦੂਜਾ ਜਦੋਂ ਖੇਡੋ ਪੂਰੀ ਦਿਲਚਸਪੀ ਨਾਲ ਖੇਡੋ ਜਦੋਂ ਕੰਮ ਕਰੋ ਉਦੋਂ ਖੇਡੋ ਨਾ ਬੁੱਢਾਪੇ ਵਿੱਚ ਜੇ ਪੁੱਤਰ ਧਿਆਨ ਦੇਣ ਤਾਂ ਮਾਪੇ ਕਈ ਸਾਲ ਬਾਅਦ ਜਿਉਂਦੇ ਹਨ ਮਾਪਿਆਂ ਨੂੰ ਬਿਰਧ ਆਸ਼ਰਮ ਭੇਜਣ ਵਾਲੇ ਆਪ ਅਸ਼ਾਂਤ ਹੀ ਰਹਿੰਦੇ ਹਨ ਨਿਮਰਤਾ ਇੱਕ ਹੱਦ ਤੱਕ ਹੀ ਨਿਮਰਤਾ ਹੁੰਦੀ ਹੈ ਅਤ ਅधिक ਨਿਮਰਤਾ ਹੰਕਾਰ ਦਾ ਹੀ ਇੱਕ ਰੂਪ ਹੁੰਦੀ ਹੈ ਅਤੇ ਇਹ ਸਵਾਰਥ ਤੋਂ ਪ੍ਰੇਰਿਤ ਹੁੰਦੀ ਹੈ ਜਿਹੜੇ ਸੁਤੰਤਰਤਾ ਸੰਗਰਾਮ ਵਿੱਚ ਨਾਅਰੇ ਲਾਉਂਦੇ ਸੀ ਸਾਨੂੰ ਆਜ਼ਾਦੀ ਦਿਓ ਜਾਂ ਮੌਤ ਦਿਓ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਇੱਕ ਹੀ ਨਾਰਾ ਲਾਉਂਦੀਆਂ ਹਨ ਸਾਨੂੰ ਦਿਓ 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 ਜੁੱਧ ਤੋਂ ਪਰੰਤ ਸ਼ਾਂਤੀ ਦਾ ਫੈਸਲਾ ਚੌੜੀਆਂ ਛਾਤੀਆਂ ਵਾਲੇ ਨਹੀਂ ਉੱਚੇ ਮੱਥਿਆਂ ਵਾਲੇ ਕਰਦੇ ਹਨ ਕੁਝ ਵੀ ਚੰਗਾ ਅਚਾਨਕ ਨਹੀਂ ਵਾਪਰਦਾ ਅਚਾਨਕ ਕੇਵਲ ਹਾਦਸੇ ਵਾਪਰਦੇ ਹਨ ਪਹਿਲਾਂ ਕਈ ਘਰੋਂ ਦੌੜ ਕੇ ਵਿਆਹ ਕਰਵਾਉਂਦੇ ਸਨ ਹੁਣ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਦੋਵੇਂ ਆਪਣੇ ਆਪਣੇ ਘਰ ਵੱਲ ਦੌੜਦੇ ਹਨ ਭਾਈ ਮਨੀ ਸਿੰਘ ਦੇ 10 ਭਰਾ ਅਤੇ 7 ਪੁੱਤਰ ਸਿੱਖ ਧਰਮ ਦੀ ਰੱਖਿਆ ਲਈ ਲੜੇਗੇ ਜੁੱਧਾਂ ਅਤੇ ਲੜਾਈਆਂ ਦੀ ਭੇਟ ਚੜੇ ਸਨ ਨਾ ਐਵੇਂ ਨਹੀਂ ਬਣਦਾ ਜੇ ਸੱਚ ਨੇ ਤੁਹਾਡਾ ਰਾਹ ਰੋਕਿਆ ਹੋਇਆ ਹੈ ਤਾਂ ਤੁਸੀਂ ਗਲਤ ਰਸਤੇ ਤੇ ਹੋ ਐਸੀ ਦੂਜਿਆਂ ਨੂੰ ਆਪਣੇ ਤੋਂ ਨੀਮਾ ਸਮਝ ਕੇ ਹੀ ਹੱਸਦੇ ਹਨ ਕਿਸੇ ਦਾ ਲਚਕਦਾਰ ਸਥਿਤੀ ਵਿੱਚ ਸਖਤ ਹੋਣਾ ਹਾਸਾ ਉਜਾਏਗਾ ਇਸਤਰੀਆਂ ਆਪਸ ਵਿੱਚ ਗੱਲਾਂ ਕਰਦਿਆਂ ਪੁਰਸ਼ਾਂ ਤੇ ਹੱਸਦੀਆਂ ਹਨ ਜੇ ਮਾਦਾ ਨੂੰ ਪੁਕਾਰ ਰਹੇ ਕਿਸੇ ਨਰ ਪੰਛੀ ਦੇ ਸਾਹਮਣੇ ਕੋਈ ਹੋਰ ਨਰ ਪੰਛੀ ਆ ਜਾਏ ਤਾਂ ਉਹ ਡਰਾਉਣੀਆਂ ਆਵਾਜ਼ਾਂ ਨਾਲ ਉਸ ਨੂੰ ਭਜਾ ਦਿੰਦਾ ਹੈ ਤੰਦਰੁਸਤ ਬਹਾਦਰ ਖੁਸ਼ਹਾਲ ਖੁੱਲੇ ਖੁਲਾਸੇ ਅਤੇ ਸੋਹਣੇ ਲੋਕ ਹੀ ਆਪਣੇ ਆਪ ਤੇ ਹੱਸ ਸਕਦੇ ਹਨ ਜੇ ਲਤੀਫੇ ਦੇ ਅਰਥ ਸਮਝਾਉਣੇ ਪੈਣ ਤਾਂ ਲਤੀਫਾ ਠੁਸ ਹੋ ਜਾਂਦਾ ਹੈ ਲਤੀਫਾ ਸੁਣਦਿਆਂ ਸੁਣਾਦਿਆਂ ਅਸੀਂ ਆਪਣੀਆਂ ਸਮੱਸਿਆਵਾਂ ਅਤੇ ਆਪਣੇ ਸਰੀਰਕ ਦਰਦਾਂ ਤੋਂ ਅਵੇਸਲੇ ਹੋ ਜਾਂਦੇ ਹਾਂ ਹਸਣ ਨਾਲ ਜਾਣ ਪਛਾਣ ਵੱਧਦੀ ਹੈ ਜਾਣ ਪਛਾਣ ਨਾਲ ਦੋਸਤੀਆਂ ਪੈਂਦੀਆਂ ਹਨ ਦੋਸਤੀ ਹਸਨ ਹਸਾਉਂਦਾ ਰਾਹ ਖੋਲਦੀ ਹੈ ਬੁਢਾਪੇ ਨਾਲ ਯੋਗਤਾ ਨਹੀਂ ਘਟਦੀ ਕੁਝ ਕਰਨ ਦੀ ਹਿੰਮਤ ਹੀ ਘਟਦੀ ਹੈ ਸਮਾਜਿਕ ਵਿਵਹਾਰ ਦੀ ਪ੍ਰਵਾਨਿਤ ਹੱਦ ਪਾਰ ਕਰ ਜਾਣ ਨਾਲ ਹਾਸਾ ਨਹੀਂ ਗੁੱਸਾ ਅਤੇ ਵਿਰੋਧ ਉਪਜਦਾ ਹੈ ਜਦੋਂ ਇੱਕ ਮਕਾਨ ਉਸਰਦਾ ਹੈ ਤਾਂ 200 ਤੋਂ ਬਧੇਰੇ ਵਿਅਕਤੀਆਂ ਨੂੰ ਰੋਜ਼ਗਾਰ ਮਿਲਦਾ ਅਤੇ ਅਰਥਚਾਰੇ ਨੂੰ ਲਾਭ ਹੁੰਦਾ ਹੈ ਕਾਡਾਂ ਅਤੇ ਵਪਾਰਿਕ ਦੁਜੀਏ ਨਾਲ ਜੁੜੇ ਹੋਏ ਹੁੰਦੇ ਹਨ ਜਦੋਂ ਕੋਈ ਆਪਣਾ ਨਵਾਂ ਮਕਾਨ ਉਸਾਰਦਾ ਹੈ ਉਹ ਕਈ ਹੋਰਾਂ ਨੂੰ ਉਸਾਰਨ ਦੀ ਪ੍ਰੇਰਣਾ ਵੀ ਦੇ ਰਿਹਾ ਹੁੰਦਾ ਹੈ ਨਮੀਆਂ ਕੰਪਨੀਆਂ ਦੇ ਉਪਜਨ ਨਾਲ ਪੁਰਾਣੀਆਂ ਕੰਪਨੀਆਂ ਆਪਣੀ ਸਥਾਪਿਤ ਹੋਈ ਪਛਾਣ ਅਤੇ ਚੰਗੇਰੇ ਪ੍ਰਬੰਧ ਕਾਰਨ ਸਮੇਂ ਦੀਆਂ ਹਾਨੀ ਹੋ ਜਾਂਦੀਆਂ ਹਨ ਨਹੀਂ ਤਾਂ ਇਹ ਮਾਰਕੀਟ ਵਿੱਚੋਂ ਖਾਰਜ ਹੋ ਜਾਂਦੀਆਂ ਹਨ ਮਨੁੱਖਾਂ ਕਰਮਚਾਰੀਆਂ ਅਤੇ ਚੀਜ਼ਾਂ ਵਸਤਾਂ ਨਾਲ ਵੀ ਇਵੇਂ ਹੀ ਵਾਪਰਦਾ ਹੈ ਖੇਤਾਂ ਵਿੱਚ ਉਗਣ ਵਾਲੀਆਂ ਚੀਜ਼ਾਂ ਜੀਵਨ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਦੀਆਂ ਹਨ ਕਾਰਖਾਨਿਆਂ ਵਿੱਚ ਬਣਨ ਵਾਲੀਆਂ ਬਹੁਤੀਆਂ ਚੀਜ਼ਾਂ ਸਾਡੀਆਂ ਇਛਾਵਾਂ ਨਾਲ ਸੰਬੰਧਿਤ ਹੁੰਦੀਆਂ ਹਨ ਆਪਣੇ ਉਦੇਸ਼ ਬਾਰੇ ਡਿੜ੍ਹ ਰਹਿਣ ਅਤੇ ਉਦੇਸ਼ ਦੀ ਪੂਰਤੀ ਲਈ ਜੁਗਤਾਂ ਵਿੱਚ ਲਚਕਦਾਰ ਹੋਣ ਨਾਲ ਸਫਲਤਾ ਜਲਦੀ ਸੰਭਵ ਹੋ ਜਾਂਦੀ ਹੈ ਟੈਲੀਫੋਨ ਦੀ ਵਰਤੋਂ ਨਾਲ ਪੈਟਰੋਲ ਬਚਦਾ ਹੈ ਸਮੇਂ ਦੀ ਬਚਤ ਹੁੰਦੀ ਹੈ ਸੜਕਾਂ ਤੇ ਭੀੜ ਘਟਦੀ ਹੈ ਕਮ ਤੇਜ਼ੀ ਨਾਲ ਹੁੰਦਾ ਹੈ ਮੁਨਾਫਾ ਵੱਧਦਾ ਹੈ ਹਰ ਕਿਸੇ ਨਾਲ ਸੁਖਾਲਾ ਸਸਤਾ ਤੇ ਫਰਤੀਲਾ ਸੰਪਰਕ ਉਸਰਦਾ ਹੈ ਖਰੀਦਣਾ ਹੁਣ ਮਨੋਰੰਜਨ ਬਣ ਗਿਆ ਹੈ ਬਾਜ਼ਾਰ ਵਿੱਚ ਨਵੀਆਂ ਵਸਤਾਂ ਗਾਹਕਾਂ ਵਿੱਚ ਉਤਸ਼ਾਹ ਜਗਾਉਂਦੀਆਂ ਕਮਾਉਣ ਲਈ ਪ੍ਰੇਰਣਾ ਬਣਦੀਆਂ ਜੀਵਨ ਵਿੱਚ ਰੌਣਕ ਭਰਦੀਆਂ ਹਨ ਦੁਕਾਨਦਾਰ ਨੇ ਆਪਣੇ ਵਿਹਾਰ ਨਾਲ ਗਾਹਕ ਨੂੰ ਪ੍ਰਭਾਵਿਤ ਕਰਕੇ ਉਸ ਤੋਂ ਦੁਕਾਨ ਤੋਂ ਖਰੀਦਦਾਰੀ ਕਰਨ ਅਤੇ ਕਰਦੇ ਰਹਿਣ ਦੀ ਇੱਛਾ ਵੀ ਜਗਾਣੀ ਹੁੰਦੀ ਹੈ ਆਪਣੀ ਹੀ ਪੁਰਾਣੀ ਵਸਤਾਂ ਨੂੰ ਮਾਰਕੀਟ ਵਿੱਚੋਂ ਕੱਢਣ ਲਈ ਕੰਪਨੀਆਂ ਨਵੇਂ ਮਾਡਲ ਲਿਆਉਂਦੀਆਂ ਹਨ ਅਤੇ ਸਿੱਟੇ ਵਜੋਂ ਪੁਰਾਣੀਆਂ ਤੇ ਵਰਤੀਆਂ ਚੀਜ਼ਾਂ ਦੀ ਵੀ ਸਮਾਨਾਂਤਰ ਮਾਰਕੀਟ ਉੱصر ਪੈਂਦੀ ਹੈ। ਹੁਣ ਚੀਜ਼ਾਂ ਦਾ ਰੰਗ ਰੂਪ ਆਕਾਰ ਆਦ ਸੰਭਾਵੀ ਗਾਹਕਾਂ ਨੂੰ ਧਿਆਨ ਵਿੱਚ ਰੱਖ ਕੇ ਸਿਰਜਿਆ ਉਸਾਰਿਆ ਜਾਂਦਾ ਹੈ। ਨਵੀਂ ਚੀਜ਼ ਮਾਰਕੀਟ ਵਿੱਚ ਲਿਆ ਕੇ ਕੰਪਨੀ ਆਪ ਹੀ ਆਪਣੀ ਪੁਰਾਣੀ ਵਸਤ ਦੇ ਨੁਕਸ ਉਹ ਗਾੜ ਕੇ ਪ੍ਰਭਾਵ ਅਸਾਰ ਦੀ ਹੈ ਕਿ ਸਾਡੀ ਨਵੀਂ ਅਤੇ ਬਿਹਤਰ ਚੀਜ਼ ਤੁਹਾਡੀਆਂ ਆਸਾਂ ਤੇ ਸਭ ਪੱਖਾਂ ਤੋਂ ਪੂਰੀ ਉਤਰੇਗੀ ਕਿਸੇ ਵੇਲੇ ਰੈਫਰिजरेटर, ਵਾਸ਼ਿੰਗ ਮਸ਼ੀਨ, ਗੈਸ ਚੁੱਲਾ, ਮਿਕਸੀ, ਟੈਲੀਵਿਜ਼ਨ, ਮਾਈਕ੍ਰੋਵੇਵ ਆਦ ਵੱਡੀਆਂ ਇਛਾਾਂ ਮਾ ਸਨ ਹੁਣ ਇਹ ਹਰ ਘਰ ਦੀਆਂ ਲੋੜਾਂ ਹਨ ਵਿਕਾਸ ਇਸੇ ਨੂੰ ਕਹਿੰਦੇ ਹਨ ਹੋਰ ਚੰਗੀਆਂ ਵਿਦਿਅਕ ਸੰਸਥਾਵਾਂ ਕੰਪਨੀਆਂ ਦੀ ਲੋੜ ਅਨੁਸਾਰ ਕੋਰਸ ਕਰਵਾਉਂਦੀਆਂ ਹਨ ਅਤੇ ਰੋਜ਼ਗਾਰ ਲੱਭਣ ਵਿੱਚ ਸਹਾਇੀ ਹੁੰਦੀਆਂ ਹਨ ਆਪਣੇ ਆਪ ਤੇ ਹੱਸਣਾ ਕਿਸੇ ਨੂੰ ਜ਼ਖਮੀ ਨਹੀਂ ਕਰਦਾ ਜਿਦੋਂ ਨਵੀਆਂ ਦੁਕਾਨਾਂ ਖੁੱਲ੍ਹਦੀਆਂ ਹਨ ਤਾਂ ਪੁਰਾਣੀਆਂ ਦੁਕਾਨਾਂ ਵੀ ਨਵੀਆਂ ਅਨੁਸਾਰ ਬਦਲ ਜਾਂਦੀਆਂ ਹਨ ਹਰ ਜੁੱਦੋਂ ਉਪਰੰਤ ਸੋਚਿਆ ਜਾਂਦਾ ਹੈ ਕਿ ਕੀ ਜੁੱਦ ਨੂੰ ਰੋਕਿਆ ਜਾ ਸਕਦਾ ਸੀ ਹਰ ਤਲਾਕ ਉਪਰੰਤ ਸੋਚਿਆ ਜਾਂਦਾ ਹੈ ਕਿ ਕੀ ਇਹ ਤਲਾਕ ਨੂੰ ਰੋਕਣਾ ਚਾਹੀਦਾ ਸੀ ਕੀ ਇਹ ਤਲਾਕ ਰੋਕਿਆ ਜਾ ਸਕਦਾ ਸੀ ਕੁਝ ਵਾਪਰਨ ਤੋਂ ਮਗਰੋਂ ਲੇਖਾ ਜੋਖਾ ਕਰਨਾ ਅਤੇ ਪਛਤਾਉਣਾ ਮਾਨਵ ਜਾਤੀ ਦੀ ਵਿਸ਼ਵ ਵਿਆਪੀ ਆਦਤ ਹੈ ਮਖੌਲ ਵਿੱਚੋਂ ਹਾਸਰਾ ਸੁਪਜਣਾ ਚਾਹੀਦਾ ਹੈ ਮੂਰਖਤਾ ਨਹੀਂ ਹਸਨ ਨਾਲ ਵਧੇਰੇ ਐਕਸੀਜਨ ਅੰਦਰ ਜਾਂਦੀ ਹੈ ਜਿਸ ਨਾਲ ਸਾਡੀ ਠਿਕਾਵਟ ਅਤੇ ਆਕੇਮਾ ਘਟਦੇ ਹਨ ਯੂਰਪ ਵਿੱਚ ਇਸਤਰੀ ਪੁਰਸ਼ ਵਿਚਕਾਰ ਭਾਵੇਂ ਵਿਆਹ ਮੁੱਕ ਜਾਂਦਾ ਹੈ ਪਰ ਸਮਾਜਿਕ ਦੋਸਤੀ ਅਕਸਰ ਜਾਰੀ ਰਹਿੰਦੀ ਹੈ ਇਤਿਹਾਸਕਾਰ ਦੱਸਦਾ ਹੈ ਕਿ ਕੀ ਵਾਪਰਿਆ ਸਾਹਿਤਕਾਰ ਦੱਸਦਾ ਹੈ ਕਿਵੇਂ ਕਿਵੇਂ ਮਹਿਸੂਸ ਹੋਇਆ ਜੇ ਪਿਆਰ ਹੋ ਜਾਵੇ ਤਾਂ ਦੋਵੇਂ ਮਿੱਠੀ ਜਹੀ ਚਾਲ ਨਾਲ ਇੱਕ ਵਾਰੀ ਜ਼ਰੂਰ ਕਿਸੇ ਬਾਗ ਵਿੱਚ ਟਹਿਲਦੇ ਹਨ ਜ਼ਿੰਦਗੀ ਦੇ ਧੁਰੰਦਰ ਮੌਤ ਕਾਰਨ ਨਰਾਸ਼ਤਾ ਹੈ ਸੋ ਸਾਰੇ ਜਤਨ ਪ੍ਰਸੰਨਤਾ ਉਪਜਾਉਣ ਦੇ ਕੀਤੇ ਜਾਂਦੇ ਹਨ ਆਜ਼ਾਦ ਲੋਕ ਹੀ ਹੱਸ ਸਕਦੇ ਹਨ ਜਿਸ ਨੇ ਸਿਰ ਤੇ ਕਿਸੇ ਪ੍ਰਕਾਰ ਦਾ ਭਾਰ ਚੁੱਕਿਆ ਹੋਵੇ ਉਹ ਹੱਸ ਨਹੀਂ ਸਕਦਾ ਧਰਤੀ ਉੱਤੇ ਸਮੁੱਚੇ ਜੀਵ ਜੰਤੂ ਜਗਤ ਦਾ ਕੇਵਲ 20% ਹੀ ਰਹਿੰਦਾ ਹੈ ਜੀਵ ਜੰਤੂਆਂ ਦੀ ਬਾਕੀ ਲਗਭਗ 80% ਆਬਾਦੀ ਸਮੁੰਦਰ ਵਿੱਚ ਰਹਿੰਦੀ ਹੈ ਪਟਕਣ ਦਾ ਵੀ ਲਾਭ ਹੁੰਦਾ ਹੈ ਇਹ ਸਾਨੂੰ ਜਿਉਂਦਾ ਰੱਖਦੀ ਹੈ ਕਿਸੇ ਸਮਾਜ ਨੂੰ ਚੁਸਤ ਬਣਾਉਣ ਦਾ ਕਾਰਜ ਮਾਰਕੀਟ ਕਰਦੀ ਹੈ ਤਲਾਕ ਤੋਂ ਮਗਰੋਂ ਪ੍ਰਸੰਨਤਾ ਨਾਲ ਕੌਣ ਜਿਉਂਦਾ ਹੈ ਲੁੱਟੇ ਜਾਣ ਮਗਰੋਂ ਕੌਣ ਹੱਸਦਾ ਹੈ ਸੇਵਾ ਮੁਕਤੀ ਉਪਰੰਤ ਨਿਤਨੇਮ ਬਦਲਣ ਨਾਲ ਬੰਦਾ ਹੀ ਬਦਲ ਗਿਆ ਲੱਗਦਾ ਹੈ ਹੁਣ ਸੇਵਾ ਮੁਕਤੀ ਉਪਰੰਤ ਔਸਤਨ 2 ਦਹਾਕੇ ਜੀਵਿਆ ਜਾ ਸਕਦਾ ਹੈ ਇਸ ਦੌਰਾਨ ਟੀਸੀਆਂ ਫਤੇ ਨਹੀਂ ਕਰਨੀਆਂ ਹੁੰਦੀਆਂ ਸਾਰੀ ਜ਼ਿੰਦਗੀ ਜਿਉਣੀ ਹੁੰਦੀ ਹੈ ਆਪਣੇ ਆਪ ਨਾਲ ਪ੍ਰਸੰਨ ਹੋਣਾ ਕਿਸੇ ਦੇ ਸੁੰਦਰ ਹੋਣ ਦਾ ਪਹਿਲਾ ਪ੍ਰਮਾਣ ਹੁੰਦਾ ਹੈ ਜੇ ਬੱਚੇ ਹੋਣ ਤਾਂ ਤਲਾਕ ਨਹੀਂ ਹੁੰਦਾ ਜੇ ਹੋਵੇ ਤਾਂ ਸੌਖਾ ਤੇ ਜਲਦੀ ਨਹੀਂ ਹੁੰਦਾ ਜੇ ਜ਼ਿੰਦਗੀ ਦੇ ਸਾਰੇ ਮੌਸਮ ਅਤੇ ਸਾਰੇ ਰੰਗ ਵੇਖਣੇ ਹਨ ਅਤੇ ਸਰਵਪੱਖੀ ਅਨੁਭਵ ਪ੍ਰਾਪਤ ਕਰਨਾ ਹੈ ਤਾਂ ਬੁਢਾਪੇ ਦਾ ਸਵਾਗਤ ਕਰੋ ਹਰ ਲਤੀਫੇ ਦਾ ਸਮਾਜਿਕ ਸੱਭਿਆਚਾਰਕ ਪ੍ਰਸੰਗ ਹੁੰਦਾ ਹੈ ਇਸੇ ਕਾਰਨ ਖਾਸ ਵਿਅੰਗ ਵਾਲੀਆਂ ਰਚਨਾਵਾਂ ਦਾ ਅਨੁਵਾਦ ਸੰਭਵ ਨਹੀਂ ਹੁੰਦਾ ਪਾਵਕ ਪੱਖੋਂ ਖੁਸ਼ਾਲ ਲੋਕ ਹਸਨ ਦੇ ਪੱਖੋਂ ਸੋਖੇ ਹੁੰਦੇ ਹਨ ਜੇ ਤੁਹਾਡੇ ਸੂਲ ਹਨ ਅਤੇ ਤੁਸੀਂ ਆਪਣੇ ਸੂਲਾਂ ਤੇ ਮਾਣ ਕਰਦੇ ਹੋ ਤਾਂ ਤੁਹਾਡੇ ਲਈ ਨਾ ਕਹਿਣੀ ਮੁਸ਼ਕਲ ਨਹੀਂ ਹੋਵੇਗੀ ਕਈ ਅਜੀਬ ਮਾਹੌਲ ਕਰਦੇ ਹਨ ਵੱਡੀ ਕੋਠੀ ਦੇ ਬਾਹਰ ਲਿਖਿਆ ਸੀ ਆਲਨਾ ਇਸਤਰੀ ਪੁਰਸ਼ ਵਿਚਕਾਰ ਇੱਕ ਦੂਜੇ ਵਿਰੁੱਧ ਨਫ਼ਰਤ ਪ੍ਰਗਟਾਉਣ ਦਾ ਸਭ ਤੋਂ ਕੋੜਾ ਵਸੀਲਾ ਤਲਾਕ ਹੁੰਦਾ ਹੈ ਉਹ ਬੜੇ ਸਿਆਣੇ ਹੁੰਦੇ ਹਨ ਜਿਹੜੇ ਕੁੜੱਤਨ ਤੋਂ ਮੁਕਤ ਤਲਾਕ ਨਾਲ ਵੱਖ ਹੋ ਜਾਂਦੇ ਹਨ ਹਰੇਕ ਰਿਸ਼ਤੇ ਦੀਆਂ ਹਜ਼ਾਰਾਂ ਤੰਦਾ ਹੁੰਦੀਆਂ ਹਨ ਜਿਹੜੀਆਂ ਲਗਾਤਾਰ ਇੱਕ ਇੱਕ ਕਰਕੇ ਟੁੱਟਦੀਆਂ ਰਹਿੰਦੀਆਂ ਹਨ ਕੋਈ ਵੀ ਵਿਆਹ ਅਚਾਨਕ ਨਹੀਂ ਟੁੱਟਦਾ ਇਸ ਦੇ ਟੁੱਟਣ ਦੇ ਸੰਕੇਤ ਲੰਮਾ ਹਰਸਾ ਮਿਲਦੇ ਰਹਿੰਦੇ ਹਨ ਨਿਮਰਤਾ ਨਾਲ ਮਨੁੱਖ ਸਿਆਣਾ ਅਤੇ ਬਹਾਦਰ ਬਣਦਾ ਹੈ ਕਿਉਂਕਿ ਨਿਮਰਤਾ ਨਾਲ ਸਥਿਤੀਆਂ ਅਤੇ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਵੇਖਣ ਜਾਣਨ ਸਮਝਣ ਅਤੇ ਸੁਲਝਾਉਣ ਦੀ ਯੋਗਤਾ ਉਪਜਦੀ ਹੈ। ਸਭ ਤੋਂ ਵੱਡਾ ਸੰਤਾਪ ਕਿਸੇ ਵੇਲੇ ਕਿਸੇ ਲਈ ਸਭ ਕੁਝ ਹੋਣਾ ਅਤੇ ਫਿਰ ਉਸ ਲਈ ਕੁਝ ਵੀ ਨਾ ਰਹਿਣਾ ਹੁੰਦਾ ਹੈ। ਜਦੋਂ ਪਤੀ ਵਫਾਦਾਰ ਹੋਇਆ ਕਰਦੇ ਸਨ ਤਾਂ ਉਹ ਆਪਣੀਆਂ ਤਾਂ ਉਹ ਆਪਣੀ ਸਾਰੀ ਆਮਦਨ ਪਤਨੀ ਨੂੰ ਦੇ ਦਿੰਦੇ ਸਨ। ਉਹੀ ਸਾਰੇ ਖਰਚੇ ਕਰਦੀ ਸੀ ਹੁਣ ਪਤੀ ਇਵੇਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਹੋਰ ਔਰਤਾਂ ਤੇ ਖਰਚਣ ਲਈ ਪੈਸੇ ਦੀ ਲੋੜ ਅਕਸਰ ਪੈਂਦੀ ਰਹਿੰਦੀ ਹੈ ਆਜ਼ਾਦ ਪ੍ਰੈਸ ਚੰਗੀ ਮਾੜੀ ਦੋਵੇਂ ਹੀ ਹੋ ਸਕਦੀ ਹੈ ਪਰ ਜੇ ਪ੍ਰੈਸ ਆਜ਼ਾਦ ਨਹੀਂ ਤਾਂ ਇਹ ਮਾੜੀ ਹੀ ਹੋ ਸਕਦੀ ਹੈ ਕਿਉਂਕਿ ਇਹ ਵਿਕਾਸ ਨਹੀਂ ਕਰਦੀ ਕਿਸੇ ਵੀ ਖੇਤਰ ਵਿੱਚ ਅਵਲ ਆਇਆ ਜਾ ਸਕਦਾ ਹੈ ਪਰ ਅਵਲ ਬਣੇ ਰਹਿਣਾ ਬੜਾ ਮੁਸ਼ਕਲ ਹੁੰਦਾ ਹੈ ਹਰੇਕ ਵਿਅਕਤੀ ਨਿੱਜੀ ਸ਼ਕਤੀਆਂ ਦੇ ਆਧਾਰ ਤੇ ਮਹੱਤਵਪੂਰਨ ਬਣਦਾ ਹੈ ਡਿਗਰੀਆਂ ਪੈਸਾ ਆਮਦਨ ਜਾਇਦਾਦ ਕੇਵਲ ਸਹੂਲਤਾਂ ਹਨ ਬੱਚਿਆਂ ਲਈ ਸੰਸਾਰ ਦੇ ਸਭ ਤੋਂ ਸੁਆਦ ਪਕਵਾਨ ਮਾਂ ਬਣਾਉਂਦੀ ਹੈ ਜਿਨ੍ਹਾਂ ਕਾਰਨ ਬਚਪਨ ਸਾਰਾ ਜੀਵਨ ਯਾਦ ਰਹਿੰਦਾ ਹੈ ਸੁੰਦਰ ਨਾਰ ਕਦੇ ਚੁੱਪ ਨਹੀਂ ਹੁੰਦੀ ਉਸਦੀ ਸੁੰਦਰਤਾ ਬੋਲਦੀ ਰਹਿੰਦੀ ਹੈ ਪਰਜਾਤੰਤਰ ਦਾ ਆਰੰਭ ਵੋਟ ਦੇ ਅਧਿਕਾਰ ਨਾਲ ਅਤੇ ਇਸ ਦਾ ਅੰਤ ਫੌਜੀ ਪਲਟੇ ਨਾਲ ਹੁੰਦਾ ਹੈ। ਇਹ ਗੁਲਾਮੀ ਦੇ ਵਿਰੋਧ ਕਰਨ ਹੀ ਹੈ ਕਿ ਅਜੋਕੇ ਸੰਸਾਰ ਦੇ 150 ਤੋਂ ਵੱਧ ਦੇਸ਼ ਸੁਤੰਤਰਤਾ ਦਿਵਸ ਮਨਾਉਂਦੇ ਹਨ। ਹੀਣ ਭਾਵਨਾ ਵਾਲੇ ਅਧਿਕਾਰੀ ਆਪਣੀ ਹੀਣਤਾ ਸਖਤ ਹੋ ਕੇ ਲੁਕਾਉਂਦੇ ਹਨ। ਸੋਹਣੀਆਂ ਔਰ ਨਾਰਾਂ ਲਾਪਰਵਾਹ ਹੁੰਦੀਆਂ ਹਨ ਕਰਤੱਵ ਪਾਲਣ ਦਾ ਕਾਰਜ ਸਧਾਰਨ ਔਰਤਾਂ ਕਰਦੀਆਂ ਹਨ ਲਾਪਰਵਾਹੀ ਸੁੰਦਰਤਾ ਦਾ ਇੱਕ ਪੱਖ ਹੁੰਦੀ ਹੈ ਹਰ ਕਿਸੇ ਦੇ ਜੀਵਨ ਵਿੱਚ ਕਿਤਨਾ ਹੀ ਚੰਗਾ ਮਾੜਾ ਮਾਪਿਆ ਕਰਕੇ ਵਾਪਰਦਾ ਹੈ ਇਵੇਂ ਹੀ ਮਾਪਿਆਂ ਨਾਲ ਵੀ ਬਹੁਤ ਕੁਝ ਬੱਚਿਆਂ ਕਾਰਨ ਵਾਪਰਦਾ ਹੈ ਹਾਲੈਂਡ ਸਵੀਡਨ ਵਾਂਗ ਕਈ ਦੇਸ਼ਾਂ ਵਿੱਚ ਬਾਰਸ਼ਾ ਦਾ ਜਨਮ ਦਿਨ ਹੀ ਗਨਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਯੋਗਤਾ ਤਾਂ ਹੀ ਉਪਜਦੀ ਹੈ ਜੇ ਯੋਗਤਾ ਦਾ ਕੋਈ ਮੁੱਲ ਪਾਉਣ ਵਾਲਾ ਹੋਵੇ ਪਹਿਲੇ ਸੰਸਾਰ ਦੇ ਪਤਵੰਤੇ ਘਰਾਣੇ ਜੁੱਧ ਵਿੱਚ ਵਿਖਾਈ ਬਹਾਦਰੀ ਨਾਲ ਉਪਜਦੇ ਸਨ ਹੁਣ ਵਪਾਰਕ ਸਫਲਤਾ ਨਾਲ ਉਪਜਦੇ ਹਨ ਅਨੁਸ਼ਾਸਨ ਮਹੱਤਵਪੂਰਨ ਹੁੰਦਾ ਹੈ ਨਹੀਂ ਤਾਂ ਫੌਜ ਹੌਂਸਲਾ ਛੱਡ ਜਾਂਦੀ ਹੈ ਨਸਲੀ ਵਕਰੇਮੇ ਬਹਾਦਰੀ ਲਈ ਉਕਸਾਉਂਦੇ ਹਨ ਭਾਰਤੀ ਫੌਜ ਵਿੱਚ ਜੁੱਧ ਦੌਰਾਨ ਜਦੋਂ ਕਿਸੇ ਵੱਡੀ ਮੁਸੀਬਤ ਦਾ ਸਾਹਮਣਾ ਹੋਵੇ ਤਾਂ ਅਕਸਰ ਗੋਰਖੇ, ਰਾਜਪੂਤ ਅਤੇ ਸਿੱਖ ਮੋਰਚਾ ਸੰਭਾਲਦੇ ਹਨ। ਧਿਆਨ ਇਕਾਗਰ ਕਰਨ ਲਈ ਅਤੇ ਕੋਈ ਮਹੱਤਵਪੂਰਨ ਕੰਮ ਕਰਨ ਵਾਸਤੇ ਭੋਜਨ ਸਾਦਾ ਹੋਣਾ ਚਾਹੀਦਾ ਹੈ। ਬਹੁਤਿਆਂ ਨੂੰ ਆਪਣੇ ਆਪ ਵਿੱਚ ਆਤਮ ਵਿਸ਼ਵਾਸ ਹੁੰਦਾ ਹੈ। ਲਾਲਚ ਅਤੇ ਬੇਚੈਨੀ ਕਾਰਨ ਕਈ ਕੰਮ ਇੱਕੋ ਵੇਲੇ ਛੋਲੇ ਜਾਂਦੇ ਹਨ ਪਰ ਅਜਿਹਾ ਕਰਨ ਕਰਕੇ ਪੂਰਾ ਕੋਈ ਨਹੀਂ ਹੁੰਦਾ। ਸਿਆਣੇ ਵਿਅਕਤੀ ਕਿਸੇ ਦੇ ਵਿਰੁੱਧ ਨਹੀਂ ਬੋਲਦੇ ਨਹੀਂ ਲਿਖਦੇ ਸ਼ਿਕਾਇਤ ਨਹੀਂ ਕਰਦੇ ਬਸ ਚੁੱਪ ਸਾਧ ਲੈਂਦੇ ਹਨ ਕਿਉਂਕਿ ਉਹਨਾਂ ਨੂੰ ਉਹ ਇਸ ਜੋਗ ਪ੍ਰਤੀਤ ਨਹੀਂ ਹੁੰਦਾ ਕਿ ਉਹਨਾਂ ਤੇ ਸਮਾਂ ਅਤੇ ਧਿਆਨ ਖਰਚਿਆ ਜਾਵੇ ਕੁੜੀਆਂ ਲਈ ਪਿੰਗ ਛੁੱਟਣੀ ਬੜੀ ਜ਼ਰੂਰੀ ਹੁੰਦੀ ਹੈ ਕੁੜੀਆਂ ਹੀ ਝੂਟੇ ਲੈਂਦੀਆਂ ਜੱਜਦੀਆਂ ਹਨ ਹੁਲਾਰਾ ਪਿੰਗ ਦਾ ਸੁਭਾਅ ਹੈ ਕੁੜੀਆਂ ਪਿੰਗ ਦੇ ਹੁਲਾਰਿਆਂ ਦੌਰਾਨ ਕਿਸੇ ਦੀ ਪਸੰਦ ਬਣ ਜਾਂਦੀਆਂ ਹਨ ਜੇ ਮਜ਼ਦੂਰੀ ਅਤੇ ਮਿਹਨਤ ਵਿੱਚੋਂ ਆਨੰਦ ਮਿਲਦਾ ਹੁੰਦਾ ਤਾਂ ਇਹ ਸਾਰੇ ਅਮੀਰਾਂ ਨੇ ਹੀ ਸਾਂਭ ਲੈਣੀ ਸੀ। ਕਈ ਵਾਰੀ ਮੇਲੇ ਵਿੱਚ ਭੀੜ ਬੜੀ ਹੁੰਦੀ ਹੈ ਪਰ ਮੇਲਾ ਕੋਈ ਨਹੀਂ ਹੁੰਦਾ। ਦੇਸ਼ ਕਾਰਜ ਹਾਲਤਾਂ 'ਚ ਥਾਂ ਕੋਈ ਹੋਵੇ ਪੰਜਾਬੀਆਂ ਕੋਲ ਬੱਲੇ-ਬੱਲੇ ਦੀ ਉਮੀਰੀ ਹੈ। ਇਹ ਹਾਏ ਹਾਏ ਕਰਨੀ ਨਹੀਂ ਜਾਣਦੇ। ਹਰ ਕੋਈ ਚਾਹੁੰਦਾ ਕੇਵਲ ਪ੍ਰਸੰਸਾ ਪ੍ਰਸ਼ੰਸਾ ਹੈ ਪਰ ਹੁੰਦੀ ਅਕਸਰ ਆਲੋਚਨਾ ਹੈ ਜੇ ਪ੍ਰਸ਼ੰਸਕ ਹੋਣਗੇ ਤਾਂ ਨਿੰਦਕ ਵੀ ਹੋਣਗੇ ਅਤੇ ਪ੍ਰਸ਼ੰਸਕਾਂ ਨਾਲੋਂ ਵੱਧ ਹੋਣਗੇ ਰਸਮੀ ਤੌਰ ਤੇ ਸਿੱਖੀਆਂ ਗੱਲਾਂ ਰੋਜ਼ਗਾਰ ਅਤੇ ਕਾਰਜ ਵਿਹਾਰ ਵਿੱਚ ਕੰਮ ਆਉਂਦੀਆਂ ਹਨ ਗੈਰ ਰਸਮੀ ਢੰਗ ਨਾਲ ਸਿੱਖੀਆਂ ਚੰਗੀਆਂ ਗੱਲਾਂ ਜ਼ਿੰਦਗੀ ਜੀਉਣ ਵਿੱਚ ਕੰਮ ਆਉਂਦੀਆਂ ਹਨ ਜੋਕੇ ਦੌਰ ਵਿੱਚ ਹਰ ਕਿਸੇ ਦਾ ਕੁਝ ਨਾ ਕੁਝ ਗਵਾਚਿਆ ਹੋਇਆ ਹੈ ਹਰ ਕਿਸੇ ਦੀ ਅੱਡੀ ਵਿੱਚ ਕੋਈ ਕੰਡਾ ਚੁਬਿਆ ਹੋਇਆ ਹੈ। ਕਈ ਵਾਰੀ ਕੋਈ ਰਚਨਾ ਪੜਨ ਲਈ ਚਮਨਪਰਾਸ਼ ਖਾਣਾ ਪੈਂਦਾ ਹੈ। ਡੰਡ ਬੈਠਕਾਂ ਕੱਢਣੀਆਂ ਪੈਂਦੀਆਂ ਹਨ। ਬਾਹਮਾ ਛੁੰਗਣੀਆਂ ਪੈਂਦੀਆਂ ਹਨ। ਇਹ ਜਾਣਨ ਮੰਨਣ ਦੀ ਲੋੜ ਹੈ ਕਿ ਸਾਡੇ ਤੋਂ ਛੋਟੇ ਅਤੇ ਨੀਵੇਂ ਵੀ ਕਈ ਪੱਖਾਂ ਤੋਂ ਸਾਡੇ ਤੋਂ ਅੱਗੇ ਹੁੰਦੇ ਹਨ। ਭਾਰੇ ਸ਼ਬਦਾਂ ਦੇ ਬੋਝ ਨਾਲ ਚੰਗੀ ਰਚਨਾ ਵੀ ਬਹਿ ਜਾਂਦੀ ਹੈ। ਰਿਸ਼ੀਆਂ ਦਾ ਕੰਮ ਕੇਵਲ ਅਸੀਸ ਦੇਣਾ ਹੁੰਦਾ ਸੀ ਪਰ ਕਈ ਰਿਸ਼ੀ ਸ਼ਰਾਪ ਦੇਣ ਕਾਰਨ ਜਾਣੇ ਜਾਂਦੇ ਸਨ। ਉਹਨਾਂ ਵੱਲੋਂ ਇਹ ਆਪਣੇ ਆਪ ਦੇ ਦੀ ਦੁਰਵਰਤੋ ਸੀ। ਪਰਿਵਰਤਨ ਚੰਗਾ ਹੁੰਦਾ ਹੈ। ਮੰਜੇ ਦੀ ਥਾਂ ਪਲੰਘ ਦਾ ਵਿਛਣਾ ਪਰਵਰਤਨ ਹੈ। ਕਾਇਆ ਕਲਪ ਪਰਵਰਤਨ ਨਾਲੋਂ ਵੀ ਚੰਗਾ ਹੁੰਦਾ ਹੈ। ਨੌਕਰ ਦਾ ਸਫਲ ਮਾਲਕ ਬਣ ਜਾਣਾ ਕਾਇਆ ਕਲਪ ਹੁੰਦਾ ਹੈ। ਸੰਤਾਨ ਪ੍ਰਾਪਤੀ ਦੇ ਪੱਖੋਂ ਨੁਕਸ ਅਕਸਰ ਪਤਨੀਆਂ ਵਿੱਚ ਹੁੰਦਾ ਹੈ ਪਰ ਉਹ ਦੋਸ਼ ਪਤਨੀਆਂ ਨੂੰ ਦਿੰਦੇ ਹਨ ਕਿਉਂਕਿ ਦੋਸ਼ ਹਮੇਸ਼ਾ ਕਮਜ਼ੋਰ ਧਿਰ ਤੇ ਲੱਗਦਾ ਹੈ ਵਿਗਿਆਨ ਪੜ੍ਹ ਕੇ ਕਿਸੇ ਦਾ ਵਿਗਿਆਨਕ ਹੋ ਜਾਣਾ ਜ਼ਰੂਰੀ ਨਹੀਂ ਹੁੰਦਾ ਅਜੋਕੇ ਡੇਰੇ ਵੀ ਜੇਲ੍ਹਾਂ ਹਨ ਜਿਨ੍ਹਾਂ ਵਿੱਚ ਮਨੁੱਖ ਦੀ ਸੋਚ ਕੈਦ ਹੈ ਅਗਿਆਨੀ ਉਹ ਨਹੀਂ ਹੁੰਦਾ ਜਿਹੜਾ ਕੁਝ ਜਾਣਦਾ ਨਹੀਂ ਹੁਣ ਅਗਿਆਨੀ ਉਹ ਹੈ ਜਿਸ ਵਿੱਚ ਕੁਝ ਜਾਣਨ ਦੀ ਇੱਛਾ ਨਹੀਂ ਸੱਚ ਦੀ ਜਿੱਤ ਹੁੰਦੀ ਹੈ ਕਹਿ ਕੇ ਜੇਤੂਆਂ ਨੂੰ ਸੱਚੇ ਸਾਥ ਦਿੱਤਾ ਜਾਂਦਾ ਹੈ ਅੰਧ ਵਿਸ਼ਵਾਸ ਪੈ ਪਰੰਪਰਾ ਅਤੇ ਅਗਿਆਨਤਾ ਦਾ ਮਿਸ਼ਰਣ ਹੁੰਦਾ ਹੈ ਸੁਖਾਵਾਂ ਮਤਪੇਦ ਹੋਣਾ ਅਤੇ ਆਪਣੀ رائے ਨੂੰ ਸਲੀਕੇ ਨਾਲ ਪ੍ਰਗਟਾਉਣਾ ਸੰਜੀਵ ਬੌਧਿਕਤਾ ਦਾ ਲੱਛਣ ਹੁੰਦਾ ਹੈ ਜਥਾਰਥ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ ਜਥਾਰਥ ਨੂੰ ਜਾਣਿਆ ਜਾਂਦਾ ਹੈ ਜੋ ਕੇ ਸੰਸਾਰ ਦੇ ਹਰੇਕ ਦੇਸ਼ ਵਿੱਚ ਸਭ ਤੋਂ ਔਖਾ ਕਾਰਜ ਚੰਗੇ ਢੰਗ ਨਾਲ ਰਾਜ ਪ੍ਰਬੰਧ ਕਰਨਾ ਹੋ ਗਿਆ ਹੈ। ਜੇ ਬਿਹਾਰ ਠੀਕ ਹੈ ਤਾਂ ਕਿਸੇ ਨਿਯਮ ਕਾਨੂੰਨ ਦੀ ਲੋੜ ਨਹੀਂ ਪਵੇਗੀ। ਇਸ ਕੰਮ ਲਈ ਮੇਰੇ ਕੋਲ ਵਕਤ ਨਹੀਂ ਦਾ ਅਰਥ ਹੈ ਮੇਰੇ ਲਈ ਇਹ ਕੰਮ ਮਹੱਤਵਪੂਰਨ ਨਹੀਂ। ਅਮੀਰ ਉਹ ਹੁੰਦਾ ਹੈ ਜੋ ਹਰ ਪੱਖੋਂ ਬਹੁਤ ਕੁਝ ਹੁੰਦਾ ਹੈ ਨਾ ਕਿ ਜਿਸ ਕੋਲ ਬਹੁਤ ਕੁਝ ਹੁੰਦਾ ਹੈ। ਵੱਡੇ ਝਗੜੇ ਰਿਸ਼ਤੇ ਤੋੜ ਦਿੰਦੇ ਹਨ ਛੋਟੇ ਝਗੜੇ ਰਿਸ਼ਤੇ ਵਿਗਾੜ ਦਿੰਦੇ ਹਨ ਵਿਗੜੇ ਰਿਸ਼ਤੇ ਟੁੱਟਿਆਂ ਰਿਸ਼ਤਿਆਂ ਨਾਲੋਂ ਬਧੇਰੇ ਪ੍ਰੇਸ਼ਾਨ ਕਰਦੇ ਹਨ ਉਦੇਸ਼ ਦੀ ਸਪਸ਼ਟਤਾ ਸਫਲਤਾ ਦਾ ਪਹਿਲਾ ਪੜਾਅ ਹੁੰਦੀ ਹੈ ਦੂਜਾ ਤੀਜਾ ਚੌਥਾ ਪੰਜਵਾਂ ਆਦ ਪੜਾਅ ਕਾਰਜ ਕਰਨ ਦੇ ਹੁੰਦੇ ਹਨ ਜਿਨ੍ਹਾਂ ਚੀਜ਼ਾਂ ਦੀ ਲੋੜ ਨਹੀਂ ਜਿਨ੍ਹਾਂ ਨੂੰ ਖਰੀਦਣ ਦੀ ਔਕਾਤ ਨਹੀਂ ਜਿਨ੍ਹਾਂ ਨੂੰ ਵਰਤਣ ਦੀ ਆਦਤ ਨਹੀਂ ਉਹਨਾਂ ਲਈ ਤੰਗਣਾ ਨਿਰਾਸ਼ਾ ਉਪਜਾਂਦਾ ਹੈ ਹਰ ਪ੍ਰਕਾਰ ਦੇ ਸੁਧਾਰ ਦਾ ਉਪਰਾਲਾ ਵਰਤਮਾਨ ਵਿੱਚ ਕਰਨਾ ਪੈਂਦਾ ਹੈ ਜਿੱਥੇ ਦੀ ਉਚਾਈ ਜਦੋਂ ਜਹਾਜ਼ ਦੀ ਢੁਗਾਈ ਦੇ ਅਨੁਪਾਤ ਵਿੱਚ ਹੁੰਦੀ ਹੈ ਨਾਫਰਤ ਨਾਫਰਤ ਕਰਨ ਵਾਲੇ ਦਾ ਬਡੇਰੇ ਨੁਕਸਾਨ ਕਰਦੀ ਹੈ ਜਿਸ ਨੂੰ ਕੀਤੀ ਜਾਂਦੀ ਹੈ ਕਈ ਵਾਰੀ ਉਸ ਨੂੰ ਪਤਾ ਵੀ ਨਹੀਂ ਲੱਗਦਾ ਕਿਸੇ ਮਰੀਜ਼ ਵੱਲੋਂ ਪ੍ਰਿਕਵਾਰੇ ਸੋਚਣ ਲੱਗ ਜਾਣਾ ਸੰਕੇਤ ਹੈ ਕਿ ਉਹ ਠੀਕ ਹੋ ਰਿਹਾ ਹੈ ਅਤੇ ਉਹ ਜਲਦੀ ਠੀਕ ਹੋ ਜਾਵੇਗਾ 80 ਸਾਲ ਦੀ ਉਮਰ ਤੋਂ ਮਗਰੋਂ ਮਨੁੱਖ ਵਿੱਚ ਨਵੇਂ ਪ੍ਰਭਾਵ ਗ੍ਰਹਿਣ ਕਰਨ ਦੀ ਸਮਰੱਥਾ ਅਤੇ ਯੋਗਤਾ ਨਹੀਂ ਰਹਿੰਦੀ। ਕੋਲਾ, ਤੇਲ, ਧਾਤਾਂ ਆਲਮੀ ਮਾਲ ਬਣ ਗਈਆਂ ਹਨ। ਇਹਨਾਂ ਦੀਆਂ ਕੀਮਤਾਂ ਆਲਮੀ ਪੱਧਰ ਤੇ ਨਿਰਧਾਰਤ ਹੁੰਦੀਆਂ ਹਨ। ਬਹੁਤਾ ਬੋਲਣ ਵਾਲੇ ਨੂੰ ਸੁਣਿਆ ਨਹੀਂ ਜਾਂਦਾ। ਕਈ ਬੰਦੇ ਗਲਤ ਅਤੇ ਭੇੜੇ ਲੋਕਾਂ ਵਿੱਚ ਬੜੇ ਪ੍ਰਸਿੱਧ ਹੁੰਦੇ ਹਨ। ਚੀਨ ਦੀਆਂ achar ਵੱਡੀਆਂ ਕਾਢਾਂ ਬੰਦੂਕ, ਛਪਾਈ, ਕਾਗਜ਼ ਅਤੇ ਕੰਪਾਸ ਨੇ ਸਮੁੱਚੇ ਸੰਸਾਰ ਨੂੰ ਬਦਲ ਦਿੱਤਾ ਹੈ। ਇਹ ਕਾਢਾਂ ਚੀਨ ਦੀਆਂ ਹਨ ਪਰ ਇਹਨਾਂ ਦਾ ਲਾਭ ਯੂਰਪ ਨੇ ਉਠਾ ਕੇ ਸਾਰੇ ਸੰਸਾਰ ਤੇ ਰਾਜ ਕੀਤਾ ਹੈ। ਕਿਸੇ ਕਲਾਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਉਸਦੇ ਸ਼ਗਿਰਦ ਵੱਲੋਂ ਵਿਸ਼ੇਸ਼ ਪ੍ਰਸਿੱਧੀ ਪ੍ਰਾਪਤ ਕਰਨਾ ਹੁੰਦੀ ਹੈ। ਝੀਲ ਦੇ ਪਾਣੀ ਦਾ ਰੰਗ ਦੱਸ ਦਿੰਦਾ ਹੈ ਕਿ ਝੀਲ ਕਿੰਨੀ ਡੂੰਘੀ ਹੈ। ਸਪਸ਼ਟ ਸੋਚ ਵਾਲੇ ਵਿਅਕਤੀ ਸ਼ਾਂਤ ਰੂਪ ਵਿੱਚ ਬਿਨਾਂ ਹਰਕਤਾਂ ਤੋਂ ਸਹਿਜ ਨਾਲ ਗੱਲਬਾਤ ਕਰਦੇ ਹਨ ਗੱਲਬਾਤ ਦੌਰਾਨ ਬਹੁਤੇ ਹੱਥ ਹਿਲਾਉਣਾ ਮੂਰਖਤਾ ਮੋਟੀ ਅਕਲ ਅਤੇ ਸਿੱਧੜ ਹੋਣ ਦਾ ਸਬੂਤ ਹੁੰਦਾ ਹੈ ਦੁੱਖ ਤੋਂ ਮਗਰੋਂ ਪ੍ਰਸੰਨਤਾ ਜਾਂ ਪ੍ਰਸੰਨਤਾ ਤੋਂ ਮਗਰੋਂ ਦੁੱਖ ਵਿੱਚੋਂ ਤੁਹਾਨੂੰ ਕਿਹੜੀ ਹਾਲਤ ਪ੍ਰਵਾਨ ਹੈ ਸੋਚ ਕੇ ਦੱਸਣਾ ਤੁਹਾਨੂੰ ਗੁੱਸਾ ਕਰਨ ਦੀ ਸਜ਼ਾ ਭਾਵੇਂ ਨਾ ਮਿਲੇ ਪਰ ਗੁੱਸਾ ਕਰਕੇ ਤੁਸੀਂ ਸਜ਼ਾ ਹੀ ਭੁਗਤਦੇ ਹੋ ਹੋਰ ਇਸਤਰੀਆਂ ਨੇ ਮੇਕਅਪ ਕੀਤਾ ਹੁੰਦਾ ਹੈ ਸੋ ਹਰ ਕੋਈ ਕਰਨ ਲੱਗ ਪੈਂਦੀ ਹੈ ਸਾਰਾ ਸੰਸਾਰ ਪਖੰਡ ਕਰ ਰਿਹਾ ਹੈ ਸੋ ਐਸੀ ਵੀ ਕਰਨ ਲੱਗ ਪੈਂਦੇ ਹਾਂ ਬਹੁਤ ਪ੍ਰਸੰਨ ਹੋਣ ਦਾ ਯਤਨ ਬਹੁਤ ਦੁਖੀ ਕਰੇਗਾ ਇਸਤਰੀ ਕਿਸੇ ਵਰਤਾਰੇ ਵਿੱਚ ਨਿਰਪੱਖ ਦਿਲਚਸਪੀ ਨਹੀਂ ਲੈ ਸਕਦੀ ਯੁਨਾਨੀ ਇਸਤਰੀਆਂ ਨੂੰ ਦੁਖਾਂਤ ਨਾਟਕ ਵੇਖਣ ਦੀ ਆਗਿਆ ਨਹੀਂ ਸੀ ਕਿਉਂਕਿ ਉਹ ਆਪਣੀਆਂ ਭਾਵਨਾਵਾਂ ਦੇ ਕਾਬੂ ਨਹੀਂ ਰੱਖ ਸਕਦੀਆਂ ਸ਼ਰੀਰਿਕ ਸੰਕੇਤ ਅਤੇ ਹਰਕਤਾਂ ਵਿਸ਼ਵ ਵਿਆਪੀ ਭਾਸ਼ਾ ਹਨ ਜਿਨ੍ਹਾਂ ਨੂੰ ਸੰਸਾਰ ਦਾ ਹਰ ਜੀਵ ਵਰਤਦਾ ਤੇ ਸਮਝਦਾ ਹੈ ਵਿਗਿਆਨ ਦੇ ਮੋਢਿਆਂ ਤੇ ਚੜ ਕੇ ਵੇਖੋ ਸੰਸਾਰ ਵਿਸ਼ਾਲ ਦਿਸੇਗਾ ਸਕੰਦਰ ਹਾਰਿਆਂ ਨੂੰ ਵੀ ਸਨਮਾਨ ਨਾਲ ਮਿਲਦਾ ਸੀ ਜਿਸ ਕਰਕੇ ਉਹ ਮਹਾਨ ਮੰਨਿਆ ਗਿਆ ਸੀ